ਬੋਲਦਾ ਨਹੀਂ ਸੌਦਾ ਪਤਾ ਨਹੀਂ ਹੈਗਾ ਲੈ ਆਵੇਂਗਾ ਅੱਜ ਚਾਹ ਗੁੜ ਸਾਬਣ ਸਾਰਾ ਕੁਛ ਮੁੱਕਿਆ ਪਿਆ ਤੇਲੂ ਬਾਣੀਆਂ ਦੇ ਪੈਸੇ ਵੀ ਨਹੀਂ ਦਿੱਤੇ ਹੈਗੇ ਨਹੀਂ ਤਾਂ ਉਹ ਤੋਂ ਉਧਾਰ ਫੜ ਲੈਂਦੀ ਲੈ ਦੱਸ ਬੰਦਾ ਹਾਂ ਚ ਜਵਾਬ ਤਾਂ ਦੇ ਦੇ ਚੱਲ ਮਨਾ ਪਹਿਲੇ ਵਿਹੜਾ ਸੰਭਰਦਾ ਫਿਰ ਪੱਠੇ ਲਿਆਵਾਂ ਮੈਂ ਬੱਗੀ ਤਿੱਤਰੀ ਇੱਕ ਮਾਦੋਂ ਨਿਕਲੀ ਉੱਡਦੀ ਨੂੰ ਵਾਸ ਪੈ ਗਏ ਸਾਲੀ ਸੁਲਫੇ ਦੀ ਲਾਟ ਵਰਗੀ ਹੈ ਪਤਾ ਨਹੀਂ ਕਿਹਨੇ ਦੇਤੀ ਦੁੱਲੇ ਘੁੱਗੜ ਜੇ ਨੂੰ ਬਣਦੀ ਤਾਂ ਨਹੀਂ ਹੋਣੀ ਆਪਸ ਵਿੱਚ ਚੱਲ ਜੋ ਕੇ ਦੇਖਦੇ ਹਾਂ ਸਤਿ ਸ਼੍ਰੀ ਅਕਾਲ ਭਾਬੀ ਬਲਵੀਰ ਕੁਰੇ ਸਤਿ ਸ਼੍ਰੀ ਅਕਾਲ ਬਾਈ ਕਿਉਂ ਮੈਂ ਵੱਟਾਂ 'ਤੇ ਮੱਥਾ ਮਾਰੀ ਜਾਂਦੀ ਹਾਂ ਆ ਤੈਨੂੰ ਮੱਕੀ ਵੱਢ ਕੇ ਦੇਵਾਂ ਕੋਈ ਹੋਰ ਹੋਣਗੀਆਂ ਸਰਦਾਰਾ ਵੇਖੀ ਦਹੀਂ ਦੇ ਭੁਲੇਖੇ ਕਪਾਹ ਨਾ ਖਾ ਲਈ ਇਹ ਥੱਪੜ ਤੈਨੂੰ ਮਹਿੰਗਾ ਪਊਗਾ ਸਤਿ ਸ਼੍ਰੀ ਅਕਾਲ ਲਾਲਾ ਜੀ ਹਾਂ ਰਾਮ ਰਾਮ ਦੁੱਲਿਆ ਕਿਵੇਂ ਆ ਠੀਕ ਆ ਲਾਲਾ ਜੀ ਬਹੁਤ ਵਧੀਆ ਜੀ ਕੰਮ 'ਤੇ ਬੁਲਾਇਆ ਸੀਗਾ ਜੀ ਦੱਸੋ ਜੀ ਕੀ ਕੰਮ ਕਰਨਾ ਜੀ ਨਹੀਂ ਕੰਮ ਕੁੰਮ ਤਾਂ ਕੋਈ ਨਹੀਂ ਦੁੱਲਿਆ ਆਪਣਾ ਥੋੜ੍ਹਾ ਜਿਹਾ ਬਕਾਇਆ ਰਹਿੰਦਾ ਜੀ ਪਿਛਲਾ ਉਹ ਦੇ ਜਾਂਦਾ ਬਾਬੂ ਜੀ ਕੋਈ ਦਿਹਾੜੀ ਨਹੀਂ ਲੱਗੀ ਜੀ ਬਾਹਲਾ ਟਾਈਮ ਹੋ ਗਿਆ ਜਦੋਂ ਦਿਹਾੜੀ ਲਾ ਕੇ ਮੈਂ ਦੇ ਦੂੰਗਾ ਤੁਸੀਂ ਕਰਾ ਲੈਂਦੇ ਤਾਂ ਕੰਮ ਜੀ ਕੋਈ ਨਹੀਂ ਨਹੀਂ ਸਾਡੇ ਕੋਲ ਤਾਂ ਹੁਣ ਕੋਈ ਕੰਮ ਨਹੀਂ ਹੁੰਦਾ ਤੁਸੀਂ ਆਪ ਬਕਾਇਆ ਹੀ ਦੇ ਦਿਓ ਸਾਡਾ ਜਦੋਂ ਦਿਹਾੜੀ ਲਾ ਕੇ ਬਾਬੂ ਜੀ ਮੈਂ ਦੇ ਦੂੰਗਾ ਜੀ ਠੀਕ ਹੈ ਜੀ ਆ ਜਾਂਦੇ ਆ ਮੂੰਹ ਚੱਕ ਕੇ ਹੋਰ ਮੰਗਣ ਪਹਿਲਾਂ ਵਾਲੇ ਦਿੰਦੇ ਨਹੀਂ ਦੇਖ ਬਲਵੀਰ ਕੁਰੇ ਮੇਰੇ ਥੱਪੜ ਮਾਰ ਕੇ ਤੂੰ ਚੰਗਾ ਨਹੀਂ ਕੀਤਾ ਤੈਨੂੰ ਪਤਾ ਨਹੀਂ ਤੇਰਾ ਕਿਹਦੇ ਨਾਲ ਪੰਗਾ ਪੈ ਗਿਆ ਸੈਲਰ 'ਚ ਕੰਮ ਕਰਦਾ ਸੀ ਕੁਲਦੀਪ ਨੂੰ ਫੋਨ ਲਾਉਣਾ ਹੈਲੋ ਹੈਲੋ ਕੁਲਦੀਪ ਸਿੰਘ ਕੀ ਹਾਲ ਹੈ ਵਧੀਆ ਤੂੰ ਦੱਸ ਵਧੀਆ ਵਧੀਆ ਠੀਕ ਹੈ ਕਿੱਥੇ ਰਹਿਣਾ ਮਾਰੇ ਨਹੀਂ ਗੇੜਾ ਗੁੜਾ ਕਦੇ ਹਾਂ ਬਸ ਥੋੜ੍ਹਾ ਯਾਰ ਬਿਜੀ ਹੁੰਦੇ ਆ ਹੈ ਨਹੀਂ ਗਿਆ ਹੁਣ ਅੱਛਾ ਤੇ ਤੂੰ ਮੇਰੇ ਇੱਕ ਗੱਲ ਸੁਣ ਇੱਕ ਕੰਮ ਕਰਨਾ ਦੱਸੋ ਦੱਸੋ ਆਪਣਾ ਦੁੱਲਾ ਨਹੀਂ ਜਿਹੜਾ ਹਾਂ ਹਾਂ ਉਹਨਾਂ ਤੁਸੀਂ ਹੁਣ ਕੰਮ ਤੋਂ ਜਵਾਬ ਦੇ ਦਿਓ ਠੀਕ ਹੈ ਰਹੇਗਾ ਕੋਈ ਚੱਕਰ ਹੀ ਨਹੀਂ ਜੇ ਤੂੰ ਕਹਿਤਾ ਤਾਂ ਬਸ ਆਪਾਂ ਨਹੀਂ ਦੇਵਾਂਗੇ ਚੱਲ ਠੀਕ ਹੈ ਠੀਕ ਆ ਓਕੇ ਓਕੇ ਜਾਣਦੀ ਨਹੀਂ ਤੂੰ ਮੈਨੂੰ ਪਿੰਡ 'ਚ ਸ਼ਮਸ਼ੇਰ ਕਹਿੰਦੇ ਆ ਬਾਬੂ ਨੇ ਤਾਂ ਜਵਾਬ ਦਿੱਤਾ ਹੁਣ ਇੱਥੇ ਦੇਖਦਾ ਡੀਕ ਕੇ ਜੇ ਕੋਈ ਆ ਜੇ ਤਾਂ ਦਿਹਾੜੀ ਵਾਲਾ ਸਾਰਾ ਸੌਦਾ ਪਤਾ ਲਿਆਉਣ ਵਾਲਾ ਪਿਆ ਉਹ ਬਲਵੀਰ ਕੌਰ ਉਹਦਾ ਵੀ ਔਖਾ ਵਿਚਾਰੀ ਦਾ ਜੇ ਦਿਹਾੜੀ ਲੱਗ ਜੇ ਤਾਂ ਵਧੀਆ ਕੋਈ ਤੂੰ ਆ ਤੇਲੂ ਰਾਮ ਦੇ ਪੈਸੇ ਦੇਣੇ Thank you.
लगता इतने नहीं कम मिलता। अज सैलर वाले बाबू को जाके देखता उत्थे चलता ये उत्थे कम बन जी। भी हुणे निकलना सी जद्दा आ भी जवाब दे खड़ी आ ता सत श्रीकाल जी। सत श्रीकाल और दुल्ला कैसे आना हुआ? बस जी काम दी भाल च फिरदे आ, दिहाड़ी कोई लगदी नहीं, बाबू जी नूं मिलना सीगा। अच्छा वैसे तो बाबू जी बिजी हैं लेकिन मैं एक बार पूछ के बता देता हूँ। धन्यवाद जी थोड़ा, मेहरबानी जी इन्ना काम करना। बाबू जी वो दुल्ला आया था आपसे मिलने के लिए बोल रहा था। भेज दे। हाँ जी मैं अंदर ही भेज दे। ठीक है सर। बाबू जी सत श्रीकाल। सत श्रीकाल, की हाल चाल ने दुल्ले तेरे? हाल तो बाबू जी माड़ी है, दिहाड़ी कोई लगती नहीं, काम वास्ते आया सी थोड़े कोल। देख दुल्लिया एक तो थोड़े नखरे नहीं लौटाउंदे, जो जी करदा काम ते आ जाने हो, जो जी करदा काम ते छुट्टी मार लैंदे हो, इदां थोड़ी काम चलदे हुंदे आ। तू पिछले साल भी बहुत तंग परेशान कीता सानू। पिछले साल तो बापू बीमार रहिंदा सीगा जी। इह तां थोड़े बहाने हुंदे आ, हुण असीं बिहार तों लेबर मंगा ली, हुण नहीं अपना लौटाउणा। देख लैंदे तां जी जे किते लौटाउंदा तां। नहीं हुण नहीं लौटाउणा, जे लोड पई तां तुहानूं दस देंगे। ठीक है जी, सत श्री अकाल। ਕਿਵੇਂ ਰਿਹਾ ਅੱਜ ਦਾ ਦਿਨ? ਉਹ ਦਿਨ ਨੂੰ ਮੈਂ ਕੀ ਬਰਾਤ ਗਿਆ ਸੀ। ਬਾਬੂ ਨੇ ਕਿਵੇਂ ਬੁਲਾਇਆ ਸੀ? ਉਹ ਆਪ ਮੇਰੇ ਸੜਕੜੇ ਦਾ ਪਹਿਲਾਂ ਵਾਲੇ ਪੈਸੇ ਮੰਗਦਾ ਸੀ। ਮੈਂ ਆਖਿਆ ਦਿਹਾੜੀ ਲੱਗ ਜੂ, ਚਾਰ ਪੈਸੇ ਆ ਜਾਣਗੇ। ਉਹ ਕਹਿੰਦਾ ਮੇਰੇ ਪਹਿਲਾਂ ਵਾਲੇ ਪੈਸੇ ਦੇ ਕੇ ਜਾਓ। ਆ ਸੈਲਰ ਵਾਲਿਆਂ ਕੋਲ ਵੀ ਗਿਆ ਸੀ, ਉਹ ਕਹਿੰਦੇ ਸੀ ਬਿਹਾਰ ਤੋਂ ਲੇਬਰ ਮੰਗਾ ਲਈ। ਆ ਇੱਕ ਤਾਂ ਮੇਰੇ ਸਾਲੇ ਦੇ ਭਈਏ ਪੰਜਾਬ 'ਚ ਆਈ ਜਾਂਦੇ ਟ੍ਰੇਨਾਂ ਭਰ ਭਰ, ਪਤਾ ਨਹੀਂ ਕਿੱਥੋਂ ਜੰਮ ਜੰਮ ਸਿੱਟੀ ਜਾਂਦੀਆਂ। ਫਿਰ ਸੌਦਾ ਪੱਤਾ ਨਹੀਂ ਲਿਆਏ? ਉਹ ਸੌਦਾ ਪੱਤਾ ਹੁਣ ਮੈਂ ਹੱਡ ਵੇਚ ਕੇ ਲਿਆਵਾਂ ਆਪਦੇ। ਗੁੜ ਚਾਹ ਵੀ ਨਹੀਂ ਹੈਗੀ। ਆ ਚਾਚੀ ਤੋਂ ਲੈ ਲਈ ਗੁੜ ਚਾਹ, ਦੁੱਧ ਤੋਂ ਬਿਨੇ ਪੀ ਲੂੰ ਮੈਂ ਚਾਹ। ਤੂੰ ਐਵੇਂ ਕਿਉਂ ਗੁੱਸਾ ਕਰੀ ਜਾਂਦਾ? ਨਹੀਂ ਦਿਹਾੜੀ ਲੱਗੀ ਤੇਰੀ, ਇਹ ਚ ਮੇਰਾ ਕੀ ਕਸੂਰ ਹੈ? ਆਹੋ ਕਸੂਰ ਤਾਂ ਮੇਰਾ ਜਿਹੜਾ ਮੈਂ ਸਾਰੀ ਦਿਹਾੜੀ ਭੌਂਕਦਾ ਫਿਰਦਾ ਰਹਿਣਾ। ਪੈ ਜਾ ਹੁਣ ਚੁੱਪ ਕਰਕੇ, ਲੱਗ ਗਈ ਆ ਡੁਸਕਣ। ਦੁੱਲੇ ਓ ਦੁੱਲੇ ਓ ਆ ਜਾ ਬਾਈ, ਕਰੀਆਂ ਓ ਆ ਜਾ ਲੰਘਿਆ ਕਰੀਆਂ। ਗਿਆ ਨੀ ਕੰਮ ਤੇ ਅੱਜ? ਓ ਨਾ ਯਾਰ ਬਾਈ, ਕੰਮ ਤਾਂ ਮਿਲਿਆ ਨੀ। ਅੱਛਾ ਓ ਮੈਂ ਤੇਰੇ ਕੋਲ ਆਇਆ ਸੀ, ਓ ਸ਼ਮਸ਼ੇਰ ਨੂੰ ਨਾ ਬੰਦਾ ਚਾਹੀਦਾ 2 ਮਹੀਨੇ ਲਈ। ਯਾਰ ਬਾਈ ਮੇਰੀ ਤਾਂ ਨਹੀਂ ਜਾਣੀ, ਉਹਨਾਂ ਦੇ ਹੈ ਨਹੀਂ, ਜੇ ਤੂੰ ਗੱਲ ਕਰ ਲੈ ਤਾਂ ਬਾਲੀ ਵਧੀਆ ਗੱਲ। ਕੋਈ ਗੱਲ ਨਹੀਂ, ਮੈਂ ਗੱਲ ਕਰਕੇ ਤੈਨੂੰ ਦੱਸਦਾ ਜੀ। ਚੱਲ ਠੀਕ ਆ, ਆ ਜਾ ਫਿਰ ਚਾਹ ਪੀ। ਬਸ ਬਸ ਚਾਹ ਤਾਂ ਬਸ। ਆ ਜਾ ਚਾਹ। ਨਾ ਨਾ ਬਸ ਬਸ ਬਾਈ ਬਸ। ਲਓ ਸਰਦਾਰ ਜੀ ਚਾਹ ਪੀ ਲਓ। ਹੋਰ ਬਾਈ ਸ਼ਮਸ਼ੇਰ ਠੀਕ ਆ? ਆ ਬਈ ਜਿੱਤੇ ਹੋਰ ਕੀ ਹਾਲ ਹੈ? ਠੀਕ ਆ ਬਾਈ, ਤੂੰ ਦੱਸ। ਲੈ ਚਾਹ ਪੀ ਲਾ। ਚਾਹ ਬਸ ਬਾਈ। ਹੋਰ ਕਰਿਆ ਫਿਰ ਮੇਰਾ ਕੰਮ? ਕੰਮ ਕਰਤਾ ਬਾਈ ਤੇਰਾ, ਤੇ ਹੁਣ ਮੇਰਾ ਵੀ ਕੰਮ ਕਰ ਦਿੰਦੇ। ਉਹ ਤੇਰੀ ਯਾਰ ਨੂੰ ਲੱਡੂਆਂ ਤੋੜਾ। ਆ ਲੈ ਜੇ ਹੋਰ ਲੋੜ ਹੋਈ ਦੱਸ ਦੀ। ਕੋਈ ਗੱਲ ਨਹੀਂ ਬਾਈ। ਇੱਕ ਗੱਲ ਕਹਾਂ ਜਿੱਤੇ? ਦੱਸ ਬਾਈ। ਸਿਆਣੇ ਕਹਿੰਦੇ ਆ ਜਦੋਂ ਘਿਓ ਸਿੱਧੀ ਉਂਗਲੀ ਨਾਲ ਨਾ ਨਿਕਲੇ ਤਾਂ ਉਂਗਲੀ ਟੇਢੀ ਕਰਨੀ ਪੈਂਦੀ ਆ। ਬਾਕੀ ਤੂੰ ਸਮਝ ਹੀ ਗਿਆ। ਸਹੀ ਗੱਲ ਆ ਬਾਈ। ਕਦੋਂ ਲੈ ਕੇ ਆਉਣਾ ਫਿਰ ਉਹਨੂੰ ਮੇਰੇ ਕੋਲ? ਅੱਜ ਹੀ ਲਿਆਉਣਾ ਬਾਈ, ਇਹ ਕਹਿੰਦਾ ਤਾਂ। ਚੱਲ ਫਿਰ ਲੈ ਆ ਉਹਨੂੰ। ਚੱਲ ਚੰਗਾ, ਮੈਂ ਚੱਲਦਾ ਅਤੇ ਦੁੱਲੇ ਨੂੰ ਲਿਆਉਂਦਾ ਮੈਂ ਸ਼ਾਮ ਨੂੰ। ਬਸ ਲਿਆ ਫਿਰ। ਚੱਲ ਠੀਕ ਹੈ ਫਿਰ। ਲੈ ਵੀ ਬਲਵੀਰ ਕੁਰੇ
हो जा तैयार, अगे अगे देख हुंदा की है। अरे हाँ समिया, पैसा भेजता हूँ ना मैं, अभी फोन रख, मैं काम कर रहा हूँ। वो हैगा भाई करे? हाँ सरदार, घर पर ही बुला कर लेता हूँ। ठीक है, लै भी दुल्या, भाई का सुभाव बहुत वधिया, ते टेके हुण कम करी चली। ठीक है भाई, जिवें तुसी कहोगे उवें मैं कम करूँगा, सारी जिंदगी ऐश करेगा। धन्यवाद भाई तेरा बहुत बहुत। लै भाई भी आ गया। सत श्री अकाल सरदार जी। सत श्री अकाल। लै भाई लिया दुल्ले। होर की हाल है दुल्ले? ठीक है जी सरदार जी, वधिया जी। देख दुल्ले, मैनू चाहिए 2 महीने वास्ते बंदा, किमें करेंगे काम? हाँ जी जरूर करूँगा जी काम। किन्ने पैसे लेंगे फिर? जेड़ा चलता वो दे दे जी। चल ऐं कर फिर, अब थोड़े पैसे रख ते कल तो काम ते आ जी फिर। ठीक है सरदार जी, जरूर आ जी। ठीक हाँ ठीक है बोलिया, तू चल मैं आना। ठीक है भाई जी, धन्यवाद जी बहुत बहुत। किमें फिर मौसम भी रंगीन है, बनाइए प्लान फिर। मौसम वधिया, चल खेल फिर। चल फिर लाने पैग सैग। नाले अगले ने 1000 रुपया पहले ही देता। आ लै दे दी तेलू बाणिया दे भी पैसे। हाय मैं मर जा। चल ये रब का बहुत बहुत शुक्र है, थोनू काम मिल गया। मैं तो किन्ने चिरा दी अरदासा करी जांदी सी थोड़ी। लै फिर सुन ली ना रब ने। चल हुण तू मिठे चौल बना जाके। ठीक है मैं बनानी आ। जिते बैठ इत्थे मैं आया। ठीक है भाई। लै भी जीते ला पिग फिर। ला भाई पहला यार शमशेर एक गल दस मैनू। पुछ भाई। दुल्ले दे ना पिछे क्यों पिया यार? हूँ तो तू किसी पिंडे की जूनी दिता, पहली बार जी पैसे दे कढ के। पिछे दुल्ले दे नहीं, दुल्ले दी घरवाली दे पिया यार। मैनू सोहनी लगी, मैं पुछ ली, मेरे थप्पड़ मारे। हूँ थप्पड़ का बदला तो फिर मैं लूँगा, बस तू मेरा साथ दे चले। बंदरा बड़ा जहरी है, जिदे एक बार पिछे पै जाना ना खड़ा नहीं छड़ता फिर मुड़ के। देख जीते शमशेर नू जिहड़ी चीज़ जाजे ना शमशेर छड़दा नहीं। लै पिग ला। ए भी बलबीर कुरे अगे अगे देख हुंदा की है। मेरे थप्पड़ मारे सी ना, थप्पड़ का बदला तो मैं लूँगा। हुण मैं नहीं तेरे कोल आउंदा, तू मेरे कोल चल के आएगी। की हाल है दुल्ले? ठीक है भाई ठीक है, वधिया तू दस। ठीक है भाई वधिया, नवा आया लगता शमशेर ना? ना ना भाई, हो गए 20-25 दिन। अच्छा तैनू एक गल कहां भाई, गुस्सा तो नहीं करता? लै गुस्सा कहता भाई दस। भाई शमशेर इज्जत का हौला ही बंदा। वो भाई हौला हो चाहे भारा हो, आपां पैसे तक मतलब आ, अगले नू कम तक। अच्छा पर फिर भी मेरा फर्ज तैनू दसन दा सीगा, बाकी तेरी मर्जी है भाई। दुल्ले आ गया भाई। मर्जी है दुल्या तेरी, शमशेर ने तेनों एवं नहीं कम वास्ते रखा, जेडे काम नू रखा सारे पिंड नू पता। चल मना आप की लैं। दुल्ले। हाँ जी सरदार जी। वो ना ऐ करी, मौसम जहा खराब होया पाया ਤੇ ਟਾਈਮ ਨਾਲ ਖੇਤ ਜਾ ਕੇ ਬੱਟਾਂ ਬੁੱਟਾਂ ਦੇਖ ਆਈ। ਠੀਕ ਹੈ ਜੀ। ਮੈਂ ਨਾ ਥੋੜ੍ਹਾ ਬਾਜ਼ਾਰ ਜਾ ਕੇ ਆਉਂਦਾ ਸੀ। ਅੱਛਾ ਬਾਜ਼ਾਰ ਜਾਂਦੇ ਹੋ ਜੀ? ਹਾਂ 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 ਹਾਂ। ਸੌਦਾ ਮੁੱਕਿਆ ਪੈਸੇ ਜੀ, ਆ ਲਿਆ ਦਿੰਦੇ। ਅੱਛਾ ਲਓ ਪਰਚੀ ਜੀ। ਅਤੇ ਜਾਵੜੀ ਖੇਤ ਟਾਈਮ ਨਾਲ? ਠੀਕ ਹੈ ਜੀ। ਚੱਲ ਠੀਕ ਆ ਮੈਂ, ਠੀਕ ਹੈ ਚੱਲਦਾ। ਠੀਕ। ਇਹ ਗੱਲ ਤਾਂ ਮੈਂ ਕਦੋਂ ਦੀ ਭਾਲਦਾ ਸੀ ਕਿ ਕਦੋਂ ਤੂੰ ਮੌਕਾ ਦੇਵੇਂ, ਕਦੋਂ ਮੈਂ ਤੇਰੇ ਘਰ ਜਾਵਾਂ। दुल्ले, ओ दुल्ले। ओ तो है नहीं जी करे। ओ तो मैंने भी पता है नहीं करे। आले पाबी सौदा पत्ता
नाले तेरे लिए थोड़ा समान है। सानू लोड नहीं। हजे तक भुली नहीं भाभी? मैं तो कदों का भुल गया। मेरी गल सुन ला, दुल्हे नू काम मिल गया, सानू लोड नहीं हैगी तेरे एहसान की। दुल्हा मेरे को काम करता, नाले हुण तां आपां मिलते जुलते रहना। चल ठीक है, मैं चलदा भाभी। शमशेर के काम करन लग गया? हाँ, क्यों की होया? पर तू तो कहंदा सी सरदारा दे लगा। ले, सरदारी दा है वो। बड़ा चंगा बंदा नहीं हैगा, मैं पिंड च बथेरियां गल्लां सुनियां ने। ओ चल आपा चंगे माड़े तू की लेना, आपा दा काम करना, काम किते मिलदे भला। देख ला, मर्जी है तेरी, मैनू तां ओदी चाकणी जी ठीक नहीं लगी। क्यों, तैनू किथे मिल गया? आया सी घरे सौदा पत्ता फड़ाउण। ले है कमली, ये दुपला दस कौन चंगा होगा? अगला घरे सौदा पत्ता फड़ा आया। पै जा, एवं लोगों की सुनी जाया कर फालतू गल। और भी शमशेर से हाँ? आई फिर बलजीत कौर साहब च कितने यार, बाली आकड़ है जनानी च। कोई ना, छड़दा तो मैं है नहीं। तू आए करी, वो आंदा दुल्ला, देख जिते अपना दुल्ले नू किसी ना किसी हिसाब न टाइट करना। ठीक है, तू दो चार पिग बद लवा दी उन्हू। नाले अपने रोही वाले खेत पानी की वारी है, उन्होंने रोही वाले खेत भेजा रात को। ठीक है, चल ठीक है, तू पग ला। ਉਹ ਤੂੰ ਘੱਟ ਪੀ, ਆਪਾਂ ਦੁੱਲੇ ਨੂੰ ਪੀਣੀ ਆ ਸਾਰੀ ਇਹ। ਆ ਬਈ ਦੁੱਲੇ ਆ। ਲਓ ਸਰਦਾਰ ਜੀ, ਇੱਥੋਂ ਵਾਲੇ ਖੇਤ ਵਾਲਾ ਤਾਂ ਕੰਮ ਨਿਬੜ ਗਿਆ, ਹੋਰ ਦੱਸੋ ਹੁਣ ਕੀ ਕਰਨਾ। ਦੇਖ ਦੁੱਲੇ, ਕੰਮ ਕੁੰਮ ਤਾਂ ਚੱਲਦੇ ਰਹਿੰਦੇ, ਆ ਬੈਠ ਪਿੱਗ ਲਾ। ਨਾ ਨਾ ਜੀ, ਮੈਂ ਪਿੱਗ ਨਹੀਂ ਲਾਉਂਦਾ, ਫਿਰ ਮੇਥੋਂ ਕੰਮ ਨਹੀਂ ਹੋਣਾ। ਲਾ ਲਾ ਇੱਕ ਅੱਧਾ। ਉਹ ਮਖਾ ਨਹੀਂ ਜੀ, ਨਹੀਂ ਉਹ ਮੈਂ ਕਹਿ ਰਿਹਾ ਤੈਨੂੰ, ਆ ਲਾ ਲਾ। ਚੱਲ ਤੁਸੀਂ ਬਾਹਲਾ ਕਰਦੇ ਤਾਂ ਲਾ ਲੈਣਾ। ਉਹ ਇੱਧਰ ਨਹੀਂ, ਇੱਧਰ ਬੈਠਾ ਹਾਂ। ਨਹੀਂ ਨਹੀਂ ਕੋਈ ਗੱਲ ਨਹੀਂ ਜੀ, ਉਹ ਆ ਬੈਠ, ਪਿੱਗ ਲਾ ਦੁੱਲੇ ਯਾਰ। ਵਾਹ ਯਾਰ, ਅੱਜ ਮੌਸਮ ਵੀ ਰੰਗੀਨ ਆ ਥੋੜ੍ਹਾ ਜਿਹਾ। ਲੈ ਦੁੱਲੇ ਲਾ ਬਈ। ਲਾ ਲੂ ਲੈਣਾ ਕਿ ਮਾੜੀ ਮੋਟੀ? ਬਸ ਬਾਈ, ਹੋਰ ਨਹੀਂ। ਉਹ ਲਾਲਾ ਹੋਰ ਇੱਕ ਹੋਰ ਲਾ, ਇੱਕ ਹੋਰ। ਨਹੀਂ ਨਹੀਂ ਬਾਈ, ਬਸ ਬਸ, ਛੋਟਾ ਜਿਹਾ ਉਹ, ਛੋਟਾ ਜਿਹਾ ਲਾਲਾ ਦੁੱਲੇ। ਆਪਣੇ ਬਾਈ ਦੇ ਕਹੇ ਤੇ ਨਹੀਂ ਪੀਂਦਾ? ਪਾ ਯਾਰ ਤੂੰ। ਅੱਖਾਂ ਮੀਚ ਕੇ ਖਿੱਚ ਜਾ ਦੁੱਲੇ। ਚੱਲ ਤੁਸੀਂ ਬਾਹਲਾ ਕਰਦੇ ਤਾਂ ਇੱਕ ਲਾ ਲੈਂਦਾ ਜੀ। ਲਾ ਲਾ, ਖਿੱਚ ਜਾ ਖਿੱਚ ਜਾ। ਦੇਖ ਦੁੱਲੇ, ਆਪਣੇ ਨਾ ਅੱਜ ਰੋਹੀ ਵਾਲੇ ਖੇਤ ਪਾਣੀ ਦੀ ਵਾਰੀ। ਠੀਕ ਹੈ ਸਰਦਾਰ। ਤੂੰ ਉੱਥੇ ਵਗ ਜੀ ਤੇ ਤੜਕੇ ਮੈਂ ਚਾਹ ਲੈ ਆਉਂ। ਠੀਕ ਹੈ ਜੀ, ਫਿਰ ਮੈਂ ਚੱਲਦਾ ਜੀ। ਹੋਰ ਲਾ ਲਾ ਪੈਗੇ। ਨਾ ਨਾ, ਬਸ ਜੀ ਬਸ। ਚੱਲ ਠੀਕ। ਜਿੱਤੇ ਤੂੰ ਬੈਠ ਇੱਥੇ ਤੇ ਮੈਂ ਆਇਆ। ਉਹ ਪੈਗ ਤਾਂ ਲਾ ਜਾ। ਉਹ ਬਸ ਤੂੰ ਇੱਥੇ ਬੈਠਾ ਰਹੀ, ਮੈਂ ਆਇਆ। ਠੀਕ ਆ, ਚੱਲ ਮੈਂ ਪੈਂਦਾ ਯਾਰ। ਵਾਹ ਰੱਬਾ, ਕੀ ਮੂਰਤ ਬਣਾਈ ਆ। ਤੂੰ ਤੂੰ ਕੀ ਕਰਦਾ? ਦੇਖਦਾ ਸੀ ਤੈਨੂੰ ਜੀ ਭਰ ਕੇ। ਲਓ ਉਹਦਾ ਥੱਪੜ ਖਾ ਕੇ ਤੇਰਾ ਜੀ ਨਹੀਂ ਭਰਿਆ। ਬੈਠ ਇੱਥੇ, ਛੱਡ ਮੈਨੂੰ। ਕਿਉਂ, ਮੈਂ ਤੱਤੀ ਹੋ ਜਾਂਦੀ ਹਾਂ। ਕੀ ਰੱਖਿਆ ਉਹ ਕਾਲੂ ਜੇ 'ਚ? ਐਵੇਂ ਭੁੱਖ ਨੰਗ ਨਾਲ ਘੁਲੀ ਜਾਂਦੀ ਹਾਂ। ਚੱਲ ਮੇਰੇ ਨਾਲ, ਸਰਦਾਰੀ ਕਰੇਂਗੀ। ਚੁੱਕਦੀ ਹਾਂ ਤੇਰੀ ਸਰਦਾਰੀ 'ਤੇ। ਛੱਡ ਮੈਨੂੰ।
ਜੇ ਆਪਦੀ ਭਲਾਈ ਚਾਹਣਾ ਨਾ ਇੱਥੋਂ ਤੁਰ ਜਾ ਜੀ ਦੁੱਲਾ ਹੋ ਗਿਆ ਨਾ ਤੇਰੀ ਖੈਰ ਨਹੀਂ ਦੁੱਲਾ ਦੁੱਲੇ ਨੂੰ ਭੇਜ ਕੇ ਰਾਤ ਦੀ ਖੇਤ ਦੀ ਬਾਰੀ ਤੇ ਉਹ ਨਹੀਂ ਆਉਂਦਾ ਬਲਵੀਰ ਕੁਰੇ ਖੇਸ ਕੱਢੀ ਮੇਰਾ ਬਲਵੀਰ ਕੁਰੇ ਕੀ ਹੋਇਆ ਤੇਰੇ ਸਰਦਾਰ ਸਰਦਾਰ ਉਹਦੀ ਇੰਨੀ ਹਿੰਮਤ ਕਿ ਉਹ ਮੇਰੇ ਘਰ ਤੱਕ ਪਹੁੰਚ ਗਿਆ ਤੂੰ ਫਿਕਰ ਨਾ ਕਰ ਘਰ ਦੇ ਗਰੀਬ ਜ਼ਰੂਰ ਆ ਪਰ ਜ਼ਮੀਰ ਦੇ ਨਹੀਂ ਖੇਤ ਵਗ ਗਿਆ ਆਪਣੇ ਰੋਹੀ ਵਾਲੇ ਉਹ ਯਾਰ ਘਰੇ ਆ ਗਿਆ ਤੂੰ ਐ ਕਰ ਮੈਂ ਨਾ ਅੰਦਰ ਕੋਠੇ ਬਣਾ ਤੂੰ ਬਾਹਰੋਂ ਜਿੰਦਾ ਬਹਿ ਜਾ ਯਾਰ ਤੂੰ ਆਪਣਾ ਦੁੱਲਾ ਕੀ ਵਿਗਾੜ ਲੂ ਬੈਠ ਇੱਥੇ ਉਹ ਨਹੀਂ ਯਾਰ ਉਹ ਤੂੰ ਬੈਠ ਬਹਿ ਜਾ ਇੱਥੇ ਯਾਰ ਮੈਂ ਹੈਗਾ ਤੇਰੇ ਨਾਲ ਉਹ ਤੂੰ ਪੈਗ ਲਾ ਯਾਰ ਕੀ ਕਰ ਲੂ ਆਪਣਾ ਦੁੱਲਾ ਮੈਂ ਨਾਲ ਆ ਤੇਰੇ ਨਾਲ ਆ ਬਈ ਤੂੰ ਮੇਰੇ ਮੈਂ ਨਾਲ ਆ ਯਾਰ ਲੈ ਐ ਕਾਊਂਟ ਡਰੀ ਜਾਂਦਾ ਚੱਕ ਪੈਗ ਲਾ ਖਿੱਚਿਆ ਖਿੱਚਿਆ ਹੋਰ ਪਾ ਡਰਿਆ ਫਿਰ ਹੋਰ ਪਾ ਬਾਲੀਆਂ ਬੱਡੀਆਂ ਬੜੀਆਂ ਫੜਾ ਮਾਰਦਾ ਹੁਣ ਡਰੀ ਫਿਰਦਾ ਲੈ ਪਾ ਹੌਸਲਾ ਰੱਖ ਕੋਈ ਨਾ ਹੁਣ ਮੈਂ ਕਰ ਮੈਂ ਕਿੱਧਰ ਜਾਵਾਂ ਉਹ ਯਾਰ ਬਹਿ ਜਾ ਕਿਉਂ ਡਰੀ ਜਾਂਦਾ ਬਹਿ ਜਾ ਕੋਈ ਨਾ ਡਰ ਜਾ ਲੱਗੀ ਜਾਂਦਾ ਮੈਨੂੰ ਤਾਂ ਯਾਰ ਉਹ ਆ ਗਿਆ ਦੁੱਲਾ ਉਹ ਮੈਂ ਕਰਦਾ ਗੱਲ ਮੈਂ ਹੈਗਾ ਨਾ ਸਰਦਾਰਾ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਕਿ ਤੂੰ ਮੇਰੀ ਇੱਜ਼ਤ ਨੂੰ ਹੱਥ ਪਾਏਗਾ ਉਹ ਮੈਂ ਤਾਂ ਤੈਨੂੰ ਘਰੇ ਦੇਖਣ ਗਿਆ ਸੀ ਵੀ ਖੇਤ ਵਗ ਗਿਆ ਕਿ ਨਹੀਂ ਮੈਨੂੰ ਸਭ ਕੁਝ ਦੱਸਤਾ ਬਲਵੀਰ ਕੌਰ ਨੇ ਤੂੰ ਕੀ ਕੀ ਕਰਦਾ ਰਿਹਾ ਉਹਦੇ ਨਾਲ ਦੁਲਾਵ ਜੱਥੀਆਂ ਪਾ ਉਹ ਤੂੰ ਪਰੇ ਹੋ ਜਾ ਉਹ ਜੀਤਿਆ ਤੂੰ ਨਾ ਮਰਦੀ ਮੇਰੇ ਤੋਂ ਮੈਨੂੰ ਮਾਫ ਕਰ ਦਿਓ ਮਾਫ ਕਰ ਦੇ ਦੁੱਲੇ ਮੈਨੂੰ ਸਰਦਾਰਾ ਜਿਹੋ ਜਿਹੀ ਤੂੰ ਹਰਕਤ ਕੀਤੀ ਹੈ ਨਾ ਤੂੰ ਮਾਫੀ ਦੇ ਲਾਇਕ ਨਹੀਂ ਹੈਗਾ ਤੈਨੂੰ ਕੀ ਲੱਗਿਆ ਕਿ ਸਾਡੇ ਗਰੀਬਾਂ ਦੀ ਇੱਜ਼ਤ ਇੰਨੀ ਹੌਲੀ ਹੁੰਦੀ ਆ ਕਿ ਤੇਰੇ ਅਰਕਾ ਜਣਾ ਖਾਣੇ ਹੱਥ ਪਾਲੂ ਦੁੱਲੇ ਇਸ ਤੋਂ ਬਾਅਦ ਗਲਤ ਨਹੀਂ ਕਰਦਾ ਮਾਫ ਕਰ ਦੇ ਮੈਨੂੰ ਬਾਈ ਅੱਜ ਤਾਂ ਤੈਨੂੰ ਮਾਫ ਕੀਤਾ ਸਰਦਾਰਾ ਪਰ ਜੇ ਅੱਗੇ ਤੋਂ ਕਿਸੇ ਦੀ ਗਰੀਬ ਦੀ ਇੱਜ਼ਤ ਵੱਲ ਝਾਕਿਆ ਨਾ ਤਾਂ ਮੈਥੋਂ ਬੁਰਾ ਕੋਈ ਨਹੀਂ ਲੈ ਵੀ ਇੱਦਾਂ ਲੱਗਦਾ ਹੋ ਗਈ ਸਰਵਿਸ ਚੱਲ ਆਪਣਾ ਮਾਸ ਬਚ ਗਿਆ ਦਾਰੂ ਵੀ ਪੀਣੀ ਕਿਸੇ ਹੋਰ ਤੋਂ ਪੀ ਲਾਂਗੇ